ਜਿਹੜਾ ਫਲੈਗ ਮਾਰਚ ਕੀਤਾ ਗਿਆ ਕਿਸ ਸੰਬੰਧ ਵਿੱਚ ਕੀਤਾ ਗਿਆ? ਇਹ ਫਲੈਗ ਮਾਰਚ ਆਉਣ ਵਾਲੀਆਂ ਚੋਣਾਂ ਨੂੰ ਲੋਕ ਸਭਾ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਪੁਲਿਸ ਐਂਡ BSF ਵੱਲੋਂ ਪੈਰਾਮਿਲਟਰੀ ਫੋਰਸਿਸ ਵੱਲੋਂ ਇੱਕ ਜੁਆਇੰਟ ਫਲੈਗ ਮਾਰਚ ਕੀਤਾ ਗਿਆ ਤਾਂ ਕਿ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਰਹੇ ਕਿ ਪੁਲਿਸ ਉਹਨਾਂ ਦੇ ਨਾਲ ਹਰ ਤਰੀਕੇ ਨਾਲ ਤਿਆਰ ਹੈ, ਹਰ ਤਰੀਕੇ ਨਾਲ ਉਹਨਾਂ ਦੀ ਰੱਖਿਆ ਵਾਸਤੇ ਤਿਆਰ ਹੈ ਅਤੇ ਉਹ ਨਿਧੜਕ ਹੋ ਕੇ ਆਪਣੀ ਵੋਟ ਪਾ ਸਕਦੇ ਆ। ਵੋਟ ਪਾਉਣ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ, ਵੋਟਰ ਨੂੰ ਕਿਸੇ ਪ੍ਰਕਾਰ ਦਾ ਧਮਕਾਇਆ ਜਾਂ ਡਰਾਇਆ ਨਹੀਂ ਜਾ ਸਕਦਾ, ਵੋਟਰ ਆਪਣੀ ਵੋਟ ਮਰਜ਼ੀ ਨਾਲ ਵੋਟ ਪਾ ਸਕਦਾ। ਇਸੇ ਕਰਕੇ ਪੁਲਿਸ ਅਤੇ BSF ਦੀ ਜੁਆਇੰਟ ਫੋਰਸਿਸ ਨੂੰ ਇਕੱਠਾ ਕਰਦਿਆਂ ਹੋਇਆਂ ਇੱਕ ਫਲੈਗ ਮਾਰਚ ਇਲਾਕੇ ਵਿੱਚ ਕੱਢਿਆ ਗਿਆ।